ਕਰੀਏ ਸ਼ੁਰੂ ਪਿੱਠੂ ਕਰਾ ਮੁਕਾਬਲਾ ਤਾਂ ਜੋਸ਼ੀਲੇ ਪੰਜਾਬੀ ਤੋਂ ਪਹਿਲੇ ਖਿਡਾਰੀ ਆ ਰਹੇ ਸਾਡੇ ਸਰਪੰਚ ਸਾਹਿਬ ਸਰਪੰਚ ਸਾਹਿਬ ਥੋੜ੍ਹਾ ਜਿਹਾ ਕਹਿ ਰਹੇ ਸੀਗੇ ਹੱਥ ਉਹਨਾਂ ਦੇ ਥੋੜ੍ਹਾ ਜਿਹਾ ਕੰਮ ਨਹੀਂ ਕਰ ਰਿਹਾ ਸੀਗਾ ਪਰ ਉਹਨਾਂ ਦੀ ਵਾਰੀ ਜਾਂਦੀ ਹੈ ਜੀ ਉਹਨਾਂ ਦੇ ਦੂਜੇ ਖਿਡਾਰੀ ਨੂੰ ਅਤੇ ਸਰਪੰਚ ਸਾਹਿਬ ਤੁਸੀਂ ਇੱਧਰ ਆ ਜਾਓ ਅਤੇ ਹੁਣ ਤੁਹਾਨੂੰ ਮਿਲ ਜਾਣੇ ਜੀ ਦੋ ਚਾਂਸ ਹਾਏ ਮੈਂ ਬੋਲ ਤਾਂ ਦੋ ਚਾਂਸ ਉੱਦਾਂ ਇੱਕ ਮਿਲਦਾ ਜਿੱਥੇ ਦੋ ਮਿਲ ਗਏ ਆ ਠੀਕ ਹੈ ਅਤੇ ਆ ਲਓ ਜੀ ਤੁਹਾਡਾ ਪਹਿਲਾ ਚਾਂਸ ਢਾ ਕੇ ਫਟਾਫਟ ਲਾਉਣੇ ਆ ਤੁਸੀਂ ਫੀਲਡਿੰਗ ਲਈ ਤਿਆਰ ਹੋ ਜੀ ਉਹ ਖੜ ਜਾਓ ਫਿਰ ਇੱਦਾਂ ਚਲੋ ਜੀ ਰੈਡੀ ਹੋ ਤੁਸੀਂ ਚਲੋ ਜੀ ਤਿੰਨ ਦੋ ਇੱਕ ਲਓ ਜੀ ਓਏ ਕੈਚ ਓਏ ਕੈਚ ਕਰ ਲਈ ਪੰਜ ਪੁਆਇੰਟ ਮਸਤ ਕਲੰਦਰ ਬੱਟਨ ਨੂੰ ਇੱਕ ਚਾਂਸ ਤਾਂ ਗਿਆ ਸਰਪੰਚ ਸਾਹਿਬ ਵਾਲਾ ਹੁਣ ਆਪਣੇ ਚਾਂਸ ਦੀ ਤੁਹਾਡੇ ਵਾਰੀ ਹੈ ਜੀ ਹੈਲੋ ਰੈਡੀ ਹੋ ਜੀ ਤਿੰਨ ਦੋ ਇੱਕ ਲਓ ਓਏ ਨਿਸ਼ਾਨਾ ਤਾਂ ਲੱਗ ਗਿਆ ਬਈ ਪਿੱਠੂ ਕੋਈ ਨਹੀਂ ਡਿੱਗਾ ਕੋਈ ਪੁਆਇੰਟ ਨਹੀਂ ਮਿਲਣਾ ਜੋਸ਼ੀਲੇ ਪੰਜਾਬੀਆਂ ਨੂੰ ਜੋਸ਼ੀਲੇ ਪੰਜਾਬੀ ਦੇ ਦੂਜੇ ਖਿਡਾਰੀ ਭਾਅ ਜੀ ਰੈਡੀ ਹੋ ਜੀ ਤਿੰਨ ਦੋ ਇੱਕ ਲਓ ਪਹਿਲਾ ਬੰਦਾ ਦੇਖਿਆ ਸਿੱਧਾ ਐਂਕਰ ਹੀ ਭਾਂਤਾ ਉਹਨਾਂ ਨੇ ਚਲੋ ਜੀ ਤਿੰਨ ਦੋ ਇੱਕ ਲਓ ਜੀ ਬਹੁਤ ਵਧੀਆ ਨਿਸ਼ਾਨਾ ਬੜੇ ਆਰਾਮ ਨਾਲ ਓਏ ਹੋਏ ਬਈ ਇਹਨਾਂ ਨੇ ਤਿੰਨ ਪਿੱਠੀਆਂ ਨਿਸ਼ਾਨਾ ਲਾ ਕੇ ਤਿੰਨੇ ਢਾ ਤੇ ਤਿੰਨੇ ਹੀ ਲਾ ਤੇ ਜੋਸ਼ੀਲੇ ਪੰਜਾਬੀਆਂ ਨੂੰ ਮਿਲ ਗਏ 30 ਪੁਆਇੰਟ ਜੋਸ਼ੀਲੇ ਪੰਜਾਬੀ ਦਾ ਆਖਰੀ ਖਿਡਾਰੀ ਤਿਆਰ ਹੈ ਭਾਈ ਰੈਡੀ ਹੋ ਤਿੰਨ ਦੋ ਇੱਕ ਲਓ ਜੀ ਨਹੀਂ ਬਾਲ ਚੱਲ ਗਈ ਜੀ ਬਾਹਰ ਇਹਨਾਂ ਨੂੰ ਮਿਲਣਾ ਜੀ ਕੋਈ ਪੁਆਇੰਟ ਨਹੀਂ ਜੋਸ਼ੀਲੇ ਪੰਜਾਬੀਆਂ ਦੇ ਸਾਰੇ ਚਾਂਸ ਹੁਣ ਹੋ ਗਏ ਖਤਮ ਤੇ ਇਹਨਾਂ ਨੇ ਪਿੱਠੂ ਗਰਮ ਮੁਕਾਬਲੇ ਚ ਲਏ ਜੀ 30 ਪੁਆਇੰਟ ਤਾੜੀਆਂ ਹੁਣ ਵਾਰੀ ਆ ਗਈ ਹੈ ਜੀ ਸਾਡੇ ਮਸਤ ਕਲੰਦਰ ਪਲਟਨ ਦੀ ਤੇ ਪਹਿਲੇ ਖਿਡਾਰੀ ਆ ਰਹੇ ਨੇ ਤੁਸੀਂ ਤਿਆਰ ਹੋ ਫੀਲਡਿੰਗ ਤੇ ਓਏ ਹੋਏ ਤਿੰਨ ਦੋ ਇੱਕ ਲਓ ਜੀ ਓਏ ਹੋਏ ਦੂਜੇ ਖਿਡਾਰੀ ਮਸਤ ਕਲੰਦਰ ਪਲਟਨ ਦੇ ਆ ਗਏ ਨੇ ਤਾਂ ਤਿਆਰ ਹੋ ਤੁਸੀਂ ਤਿੰਨ ਦੋ ਇੱਕ ਲਓ ਓਏ ਹੋਏ ਹੋਏ ਫਟਾਫਟ ਨਿਸ਼ਾਨਾ ਲਾਇਆ ਤਿੰਨ ਪਿੱਠੂ ਢਾਏ ਪਰ ਦੁਬਾਰਾ ਕੋਈ ਨਹੀਂ ਲੱਗਾ ਕੋਈ ਪੁਆਇੰਟ ਨਹੀਂ ਮਿਲਣਾ ਬਲਕਿ ਪੰਜ ਪੁਆਇੰਟ ਲੈ ਗਏ ਜੋਸ਼ੀਲੇ ਪੰਜਾਬੀ ਤਿੰਨ ਦੋ ਇੱਕ ਲਓ ਜੀ ਓ ਲੈ ਅਫਸੋਸ ਬਹੁਤ ਹੋਇਆ ਨਿਸ਼ਾਨਾ ਲੱਗ ਗਿਆ ਇੱਟ ਨੂੰ ਪਿੱਠੂ ਕੋਈ ਨਹੀਂ ਡਿੱਗਿਆ ਕੋਈ ਪੁਆਇੰਟ ਨਹੀਂ ਮਿਲਣਾ ਜੀ ਇਹਨਾਂ ਨੂੰ ਚਲੋ ਜੀ ਤਿੰਨ ਦੋ ਇੱਕ ਲਓ ਜੀ ਓਏ ਹੋਏ ਲਾ ਲਓ ਗਿੱਡੀਆਂ ਲਓ ਜੀ ਦੋ ਪਿੱਠੂ ਢਾ ਤੇ ਦੋਨੇ ਫਟਾਫਟ ਲਾ ਤੇ 20 ਪੁਆਇੰਟ ਮਸਤ ਕਲੰਦਰ ਪਲਟਨ ਜ਼ੋਰਦਾਰ ਤਾੜੀਆਂ ਮਸਤ ਕਲੰਦਰ ਪਲਟਨ ਦੇ ਆਖਰੀ ਖਿਡਾਰੀ ਆ ਗਏ ਨੇ ਦੇਖਦੇ ਹਾਂ ਕੀ ਕਮਾਲ ਕਰਦੇ ਆ ਭਾਜੀ ਤਿਆਰ ਹੋ ਤਿੰਨ ਦੋ ਇੱਕ ਲਓ ਜੀ ਓ ਨਹੀਂ ਲੱਗਾ ਓਏ ਹੋਏ 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 ਪਿੱਠੂ ਕਰਾ ਮੁਕਾਬਲਾ ਵੀ ਇੱਥੇ ਹੀ ਖਤਮ ਹੁੰਦਾ ਹੈ ਤੇ ਦੋਵੇਂ ਟੀਮਾਂ ਦੇ ਪੁਆਇੰਟ ਕੋ ਜਿਸ ਤਰੀਕੇ ਦੇ ਨਾਲ ਨੇ ਮਸਤ ਕਲੰਦਰ ਪਲਟਨ ਨੇ ਲੈ ਲਏ ਪਿੱਠੂ ਗਰਮ ਮੁਕਾਬਲੇ 'ਚ 25 ਪੁਆਇੰਟ ਤੇ ਇਹਨਾਂ ਦੇ ਟੋਟਲ ਪੁਆਇੰਟ ਹੋ ਗਏ ਜੀ 55 ਪੁਆਇੰਟ ਜ਼ੋਰਦਾਰ ਤਾੜੀਆਂ ਜੋਸ਼ੀਲੇ ਪੰਜਾਬੀਆਂ ਨੇ ਪਿੱਠੂ ਗਰਮ ਮੁਕਾਬਲੇ 'ਚ ਲਏ ਜੀ 35 ਪੁਆਇੰਟ ਤੇ ਇਹਨਾਂ ਦੇ ਟੋਟਲ ਪੁਆਇੰਟ ਹੋ ਗਏ 115 ਪੁਆਇੰਟ 115 ਪੁਆਇੰਟ ਦੇ ਨਾਲ ਜੋਸ਼ੀਲੇ ਪੰਜਾਬੀ ਬਣ ਗਏ ਜੀ ਸਾਡੇ ਅੱਜ ਦੇ ਸ਼ੋਅ ਦੇ ਵਿਨਰ ਤੇ ਜ਼ੋਰਦਾਰ ਤਾੜੀਆਂ ਜੀ ਇਹਨਾਂ ਵਾਸਤੇ ਇਹਨਾਂ ਨੂੰ ਦੇਣ ਵਾਲੇ ਆ ਜੀ ਅਸੀਂ ਹੁਣ ਇਨਾਮ ਤੇ ਲੈ ਆਓ ਵੀ ਇਨਾਮ ਇਹਨਾਂ ਦੇ ਲਓ ਭਾਜੀ ਆ ਲਓ ਜੀ ਲਓ ਜੀ ਇਹ ਜੀ ਤੁਹਾਡਾ ਇਨਾਮ ਭਾਜੀ ਇਹ ਤੁਹਾਡਾ ਨਾਮ ਲਓ ਜੀ ਲਓ ਜੀ ਤੁਹਾਡਾ ਇਨਾਮ ਸਾਸੂ ਮਾਂ ਨਾਲ ਵੰਡ ਲਿਓ ਥੋੜ੍ਹਾ ਜਿਹਾ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ